कि ऐसी पांच मरलों के प्लाट कट के देवे। देखो एक कितने जाके भी पॉसीबल कि पूरे पंजाब दे विच जिन्ने पिंड ने उन्होंने पिंडों के फार्म भरा लेने किसी चु 500 किसी चु 700 कि असी तुहानू पांच पांच मरलों के प्लाट मतलब सरकार ये शो कर रही है जिवें प्लाट कट के ना बस समान उन्हों का रखना हूँ भी सरकार दसी कि इन्होंने बजट कितों आ रहा है कितों आऊगा बजट या फिर हूँ की हो गया योजा जड़ा हूँ सरकार ये सोची बैठी और दूसरा विधानसभा की गल की है एक सैशन जड़ा आ 70 लाख वो एक्सपेंसिस ने एक दिन शायद आम आदमी पार्टी तो इन्ना क डर लगन लग गया कि उन्होंने हर स्टेटमेंट जी एक गलते आके खड़ जाती है। मैं आम सत श्रीकाल जी, तुम देख रहे हो अजीत टीवी ते मैं हाँ नायब सिंह सिद्धू। जिते कि 2022 दीयां चोणां नेड़े आ रहीयां अते सारीयां पार्टियां वल्लों अपने उम्मीदवार जिहड़े ओह ऐलाने जा रहे हन, इसे तरह ही आम आदमी पार्टी वल्लों भी अज तकरीबन 10 उम्मीदवार जिहड़े ऐलान दिते गए हन उन्हां विच तलवंडी साबो तो इक हन प्रोफेसर बलजिंदर कौर, आपां उन्हां नाल गल्लबात कर देंगे। सत श्रीकाल जी। सत श्रीकाल सारयां नूं। ਤੁਹਾਨੂੰ ਹੁਣ ਦੁਬਾਰੇ ਫਿਰ ਦੂਜੇ ਬਾਰੇ ਲੋਕਾਂ ਦੀ ਸੇਵਾ ਕਰਨ ਵਾਸਤੇ ਨਵਾਜਿਆ ਗਿਆ ਟਿਕਟ ਦੇ ਕੇ ਜੀ, ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਉਸ ਮਾਲਕ ਦਾ ਸ਼ੁਕਰਾਨਾ ਕਰਦੀ ਹਾਂ ਅਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਮੁੱਚੀ ਲੀਡਰਸ਼ਿਪ ਅਤੇ ਪੂਰੇ ਪੰਜਾਬ ਦੇ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਕਿ 2014 ਦੀ ਜਿੱਥੇ ਜਿਮਨੀ ਚੋਣ ਦੀ ਇਲੈਕਸ਼ਨ ਤੋਂ ਬਾਅਦ ਫਿਰ 2017 ਦੇ ਵਿੱਚ ਅਤੇ ਤੀਜੀ ਵਾਰੀ ਫਿਰ ਮੈਨੂੰ ਇੰਨਾ ਕੁ ਮਾਣ ਬਖਸ਼ਿਆ ਕਿ ਇੰਨਾ ਕੁ ਮੇਰੇ 'ਤੇ ਵਿਸ਼ਵਾਸ ਭਰੋਸਾ ਜਤਾ ਕੇ ਕਿ ਤੀਜੀ ਵਾਰੀ ਫਿਰ ਮੈਨੂੰ ਵਿਧਾਨ ਸਭਾ ਤਲਵੰਡੀ ਸਾਬੋ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਇਆ ਆ। ਸੋ ਸਾਰੇ ਪੰਜਾਬ ਦਾ ਪੂਰੀ ਸਮੁੱਚੀ ਪਾਰਟੀ ਦਾ ਲੀਡਰਸ਼ਿਪ ਦਾ ਮੈਂ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਕਰਦੀ ਹਾਂ। ਹੁਣ ਆਪਣੇ ਜਿਵੇਂ ਚੋਣਾਂ 'ਚ ਜਾਵਾਂਗੇ ਜੀ ਅਤੇ ਲੋਕਾਂ 'ਤੇ ਵਿਚਰਾਂਗੇ ਅਤੇ ਕੀ ਮੁੱਦੇ ਆਪਣੇ ਲੈ ਕੇ ਚੱਲੋਗੇ? ਦੇਖੋ ਬਹੁਤ ਸਾਰੇ ਮਸਲੇ ਆ ਜਿਹੜੇ ਜਿਉਂ ਦੇ ਤਿਉਂ ਪਏ ਆ, ਜਿੰਨਾ ਬਣੀ ਮਤਲਬ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਸਰਕਾਰਾਂ ਨੇ ਮਤਲਬ ਸਿਆਸਤ ਜਿਹੜੀ ਆ ਪੰਜਾਬ ਦੀ ਉਹ ਅੱਜ ਵੀ ਮਤਲਬ ਜਿੱਥੇ ਗੱਲ ਸਕੂਲਾਂ ਦੀ ਜਿੱਥੇ ਗੱਲ ਹਸਪਤਾਲਾਂ ਦੀ ਹੋਣੀ ਚਾਹੀਦੀ ਸੀਗੀ ਅੱਜ ਵੀ ਜਿਹੜੀ ਸਿਆਸਤ ਆ ਉਹ ਸਿਰਫ ਉੱਥੇ ਖੜੀ ਕਰ ਦਿੱਤੀ ਆ ਕਿ ਗਲੀਆਂ ਕਿਹੜੇ ਪਿੰਡ ਦੀਆਂ ਬਣ ਗਈਆਂ, ਕਿਹੜੇ ਘਰ ਦੀਆਂ ਗਲੀਆਂ ਨਾਲੀਆਂ ਬਣ ਗਈਆਂ ਅਤੇ ਕਿੱਥੇ ਸੀਵਰੇਜ ਪੈ ਗਿਆ ਕਿੱਥੇ ਨਹੀਂ ਪਿਆ। ਕਹਿੰਦਾ ਮਤਲਬ ਇੱਕ ਘਟੀਆ ਜਿਹੜਾ ਮਿਆਰ ਸਿਆਸਤ ਦਾ ਉਹ ਲਗਾਤਾਰ ਦਿਨ ਬ ਦਿਨ ਜਿਹੜਾ ਡਿੱਗਦਾ ਜਾ ਰਿਹਾ ਅਤੇ ਜਿਹਦੇ 'ਚ ਮੈਂ ਸਮਝਦੀ ਕਿ ਸਭ ਤੋਂ ਵੱਡਾ ਰੋਲ ਜੇ ਕਿਸੇ ਦਾ ਰਿਹਾ ਜਿੱਥੇ ਅਕਾਲੀ ਦਲ ਨੇ ਪਿਰਤ ਪਾਈ ਸੀਗੀ ਤਾਂ ਉਸ ਪਿਰਤ ਨੂੰ ਅੱਗੇ ਤੋਰਨ ਲਈ ਅੱਗੇ ਤੋਰਦੇ ਵਧਾਉਂਦੇ ਹੋਏ ਕਾਂਗਰਸ ਨੇ ਬਿਲਕੁਲ ਉਹਦਾ ਸਿਖਰ ਲਾ ਦਿੱਤਾ ਅਤੇ ਸੋ ਕਹਿਣ ਦਾ ਮਤਲਬ ਅੱਜ ਪੰਜਾਬ ਉਸ ਗੱਲ 'ਤੇ ਬੈਠਾ ਹੈ ਕਿ ਪੰਜਾਬ ਨੂੰ ਅੱਜ ਇੱਕ ਉਹ ਬਦਲਾਅ ਚਾਹੀਦਾ ਆ, ਜਿਹੜਾ ਉਹ ਪਾਰਟੀ ਚਾਹੀਦੀ ਆ, ਉਹ ਸਰਕਾਰ ਚਾਹੀਦੀ ਹੈ ਜਿਹੜੇ ਕੰਮਾਂ ਦੀ ਗੱਲ ਕਰੇ। ਜੇ ਕੰਮਾਂ ਦੀ ਗੱਲ ਕੀਤੀ ਹੈ ਤਾਂ ਦੇਖੋ ਮੇਰੇ ਕਹਿਣ ਨਾਲ ਨਹੀਂ ਹੈ ਤਾਂ ਸਾਰਿਆਂ ਨੂੰ ਪਤਾ ਕਿ ਉਹ ਸਿਰਫ ਅਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਆ ਜਿਹਨੇ ਤੀਜੀ ਵਾਰੀ ਕੰਮ ਦੇ ਆਧਾਰ 'ਤੇ ਉੱਥੇ ਸਰਕਾਰ ਬਣਾਈ ਆ। ਜਿਵੇਂ 5 ਸਾਲ ਪਹਿਲਾਂ ਜੀ ਕਾਂਗਰਸ ਨੇ ਵਾਅਦੇ ਕੀਤੇ ਸਨ ਪਰ ਉਹਨਾਂ 'ਚੋਂ ਪੂਰੇ ਨਹੀਂ ਹੋਏ ਤਾਂ ਹੌਲੀ ਹੌਲੀ ਉਸ ਤੋਂ ਬਾਅਦ ਕਿ ਇਹਨਾਂ ਨੇ ਹੁਣ 4-5 ਸਾਲ ਬਾਅਦ ਆਪਣਾ ਮੁੱਖ ਮੰਤਰੀ ਬਦਲ ਕੇ ਨਵਾਂ ਲਿਆਂਦਾ ਗਿਆ ਅਤੇ ਹੁਣ ਫਿਰ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹੈਗੇ ਅਤੇ ਇਹ ਕਿਸ ਤਰ੍ਹਾਂ ਦੇ ਹੋਣਗੇ? ਦੇਖੋ ਜਿਹੜੇ ਐਲਾਨ ਸਰਕਾਰ ਇਸ ਵੇਲੇ ਕਰਨ ਲੱਗੀ ਹੋਈ ਆ, ਮੈਂ ਸਮਝਦੀ ਹਾਂ ਕਿ 4.5 ਸਾਲ ਟਾਈਮ ਇਹ ਐਲਾਨ ਸਰਕਾਰ ਤੋਂ ਪਹਿਲਾਂ ਕੀਤੇ ਸੀਗੇ ਦਾ ਟਾਈਮ ਸੀਗਾ ਕਿ ਅਸੀਂ ਪੰਜ ਮਰਲਿਆਂ ਦੇ ਪਲਾਟ ਕੱਟ ਕੇ ਦੇਵਾਂਗੇ। ਦੇਖੋ ਇਹ ਕਿਤੇ ਜਾ ਕੇ ਵੀ ਪੋਸੀਬਲ ਨਹੀਂ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚੋਂ ਫਾਰਮ ਭਰਾ ਲੈਣੇ ਕਿਸੇ 'ਚੋਂ 500 ਕਿਸੇ 'ਚੋਂ 700 ਕਿ ਅਸੀਂ ਤੁਹਾਨੂੰ ਪੰਜ ਪੰਜ ਮਰਲਿਆਂ ਦੇ ਪਲਾਟ ਮਤਲਬ ਸਰਕਾਰ ਇਹ ਸ਼ੋਅ ਕਰ ਰਹੀ ਹੈ ਜਿਵੇਂ ਪਲਾਟ ਕੱਟ ਕੇ ਨਾ ਬਸ ਸਮਾਨ ਉਹਨਾਂ ਦਾ ਰੱਖਣਾ ਹੁੰਦਾ ਗਾ। ਸੋ ਇੱਕ ਮਜ਼ਾਕ ਜਿਹੜਾ ਸਰਕਾਰ ਬਣਾਉਣ ਤੋਂ ਪਹਿਲਾਂ ਕੀਤਾ ਸੀ ਲੋਕਾਂ ਦੇ ਨਾਲ, ਝੂਠ ਬੋਲਿਆ ਸੀ, ਘਰ ਘਰ ਨੌਕਰੀ ਦਾ ਝੂਠ ਬੋਲਿਆ ਸੀ, ਅੱਜ ਸਾਰੇ ਦੇ ਸਾਰੇ ਸਾਡੇ ਬੇਰੁਜ਼ਗਾਰ ਨੇ ਜਿਹੜੇ ਉਹ ਟੈਂਕੀਆਂ 'ਤੇ ਚੜੇ ਬੈਠੇ ਆ। ਔਰ ਦੁੱਖ ਆਉਂਦਾ ਇਸ ਗੱਲ ਦਾ, ਇਸ ਗੱਲ ਨੂੰ ਸੁਣ ਕੇ ਵੀ ਉਹਨਾਂ ਜਿਹੜੇ ਯੂਥ ਆ ਜਿਹੜੇ ਬੇਰੁਜ਼ਗਾਰ ਨੇ ਉਹਨਾਂ 'ਚ ਬਹੁਤ ਸਾਰੀਆਂ ਸਾਡੇ ਪੰਜਾਬ ਦੀਆਂ ਕੁੜੀਆਂ ਨੇ ਜਿਹੜੀਆਂ ਨੌਕਰੀ ਜਿਹੜੇ ਵਾਅਦੇ ਕੀਤੇ ਸਰਕਾਰਾਂ ਨੇ 2011 ਵੇਲੇ ਦੇ, ਔਰ ਕਾਂਗਰਸ ਨੇ ਕਿਹਾ ਕਿ ਜੋ ਰਹਿ ਗਿਆ ਅਕਾਲੀ ਦਲ ਤੋਂ ਅਸੀਂ ਪੂਰਾ ਕਰ ਦਾਂਗੇ। ਸੋ ਸਾਰੀਆਂ ਇੰਪਲੀਮੈਂਟੇਸ਼ਨਸ ਜਿਹੜੀਆਂ ਹੁਣ ਤੱਕ ਡਨ ਹੋ ਜਾਣੀਆਂ ਚਾਹੀਦੀਆਂ ਸੀਗੀਆਂ ਤਾਂ ਸਰਕਾਰ ਫਿਰ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਕਿ ਬਈ ਅਸੀਂ ਹੁਣ ਆਹ ਕਰਾਂਗੇ ਔਰ ਹੋਰ ਤਾਂ ਹੋਰ ਦੇਖੋ ਸਿਖਰ ਲਾ ਦਿੰਦੇ ਆ
ਜਿਹੜਾ ਐਲਾਨ ਆਮ ਆਦਮੀ ਪਾਰਟੀ ਕਰਕੇ ਜਾਂਦੀ ਹੈ, ਚਾਹੇ ਉਹ ਬਿਜਲੀ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਨੇ, ਚਾਹੇ ਇੰਸਪੈਕਟਰੀ ਰਾਜ ਖਤਮ ਕਰਨ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਨੇ, ਉਹ ਕਾਂਗਰਸ ਨੇ ਇੱਕਦਮ ਸਡਨ ਉਹਨਾਂ ਦੀ ਅਨਾਊਂਸਮੈਂਟ ਸੀਗੀਆਂ ਕਿ ਇੰਸਪੈਕਟਰੀ ਰਾਜ ਖਤਮ ਕਰ ਦਿੱਤਾ, ਕਿ ਅਸੀਂ ਬਿਜਲੀ ਦੇ ਬਿੱਲ ਜਿਹੜੇ ਆ ਉਹ ਨਹੀਂ ਆਉਣਗੇ। ਪਰ ਮੈਂ ਦੇਖ ਰਹੀ ਹਾਂ ਕਿ ਕੱਲ੍ਹ ਹੀ ਬਿਜਲੀ ਦੇ ਬਿੱਲ ਕੁਛ ਘਰਾਂ ਨੂੰ ਆਏ ਆ, ਜਿਹੜੇ ਉਹੀ ਰੇਟ ਨੇ, ਉਹੀ ਚਾਰਜਸ ਨੇ, ਅਤੇ ਮਾਫ਼ੀ ਕਿੱਥੇ ਹੈ ਤਾਂ ਸਰਕਾਰ ਆਪ ਹੀ ਦੱਸੂਗੀ ਇਸ ਵੇਲੇ। ਕਹਿੰਦਾ ਮਤਲਬ ਸਿਵਾਏ ਝੂਠ ਤੋਂ, ਸਿਵਾਏ ਫਰੋਡ ਤੋਂ ਕਾਂਗਰਸ ਨੇ ਪੰਜਾਬ ਨੂੰ ਹੋਰ ਕੁਛ ਨਹੀਂ ਦਿੱਤਾ। ਹੁਣ ਜੇ ਵਿਧਾਨ ਸਭਾ 'ਚ ਹੈਗਾ ਉੱਥੇ ਕੋਈ ਲੋਕ ਮੁੱਦਿਆਂ ਦੀ ਗੱਲ ਕੀਤੀ ਜਾਂਦੀ ਹੈ ਜੀ, ਪਰ ਹੁਣ ਲੋਕ ਮੁੱਦੇ ਤਾਂ ਪਿੱਛੇ ਰਹਿ ਗਏ ਅਤੇ ਆਪਸੀ ਰੰਜਿਸ਼ ਕੱਢਣ ਲੱਗ ਗਏ ਜੀ। ਦੇਖੋ ਬੜਾ ਜਿਹੜਾ ਦੁਖਾਂਤ ਆ, ਇਸ ਚੀਜ਼ ਦਾ ਦੁੱਖ ਲੱਗਦਾ ਹੁੰਦਾ ਆ ਕਿ ਸਰਕਾਰ ਕਹਿੰਦੀ ਤਾਂ ਇਹ ਹੈ ਕਿ ਸਾਡੇ ਕੋਲ ਬਜਟ ਨਹੀਂ ਹੈਗਾ ਕਿ ਅਸੀਂ ਪੂਰਤੀ ਕਿੱਥੋਂ ਕਰੀਏ, ਅਤੇ ਹੁਣ ਸਰਕਾਰ ਜਿਹੜੀ ਆ ਐਲਾਨ 'ਤੇ ਐਲਾਨ ਕਰ ਰਹੀ ਹੈ। ਹੁਣ ਵੀ ਸਰਕਾਰ ਦੱਸੇ ਕਿ ਇਹਨਾਂ ਕੋਲ ਬਜਟ ਕਿੱਥੋਂ ਆ ਰਿਹਾ ਹੈ, ਕਿੱਥੋਂ ਆਊਗਾ ਬਜਟ, ਜਾਂ ਫਿਰ ਹੁਣ ਕੀ ਹੋ ਗਿਆ ਇਹੋ ਜਿਹਾ ਜਿਹੜਾ ਹੁਣ ਸਰਕਾਰ ਇਹ ਸੋਚੀ ਬੈਠੀ ਹੈ। ਔਰ ਦੂਸਰਾ ਵਿਧਾਨ ਸਭਾ ਦੀ ਗੱਲ ਕੀਤੀ ਆ, ਇੱਕ ਸੈਸ਼ਨ ਜਿਹੜਾ ਆ ਉਹ 70 ਲੱਖ ਉਹਦੇ ਐਕਸਪੈਂਸਿਸ ਨੇ ਇੱਕ ਦਿਨ ਦੇ, ਜੇ ਅਸੀਂ ਉਹਨੂੰ ਕਾਊਂਟ ਕਰੀਏ। ਅਤੇ ਸਰਕਾਰ ਕੀ ਕਰਦੀ ਹੈ ਕਿ ਸੈਸ਼ਨ ਬੁਲਾਉਂਦੀ ਹੈ 15 ਮਿੰਟਾਂ ਦਾ, ਉਹ ਵਿੱਚ ਰਿਸ ਕਰਾ ਕੇ ਸਾਰਿਆਂ ਬਾਈ ਕਰ ਦਿੰਦੀ ਹੈ। ਸੋ ਸਦਨ ਉਹ ਆ ਕਿ ਜਿੱਥੇ ਹਰ ਪੰਜਾਬ ਦੇ ਮਸਲੇ ਨੂੰ ਬੜੇ ਸੀਰੀਅਸ ਤਰੀਕੇ ਦੇ ਨਾਲ ਵਾਚਿਆ ਜਾਂਦਾ ਆ, ਸੀਰੀਅਸ ਤਰੀਕੇ ਦੇ ਨਾਲ ਹਰ ਉਸ ਪੰਜਾਬ ਦੇ ਮਸਲੇ 'ਤੇ ਗੱਲ ਕੀਤੀ ਜਾਂਦੀ ਹੈ, ਡਿਸਕਸ਼ਨ ਕਰਨੀ ਬਣਦੀ ਆ ਹਰ ਉਸ ਪੰਜਾਬ ਦੇ ਏਜੰਡੇ 'ਤੇ। ਪਰ ਸਰਕਾਰ ਨੇ ਤਾਂ ਮਤਲਬ 4.5 ਸਾਲਾਂ ਤੋਂ ਕੋਈ ਇਹੋ ਜਿਹਾ ਸੈਸ਼ਨ ਹੀ ਨਹੀਂ ਬੁਲਾਇਆ ਜਿੱਥੇ ਅਸੀਂ ਮਤਲਬ ਇੱਕ ਡੂੰਘੀ ਜਿਹੜੀ ਹੈ ਡਿਬੇਟ, ਡੂੰਘੀ ਜਿਹੜੀ ਆ ਪਾਰਟੀਸਪੇਸ਼ਨ ਕਿਤੇ ਕਰ ਸਕੀਏ। ਸੋ ਜਿੱਥੇ ਉਸ ਪਵਿੱਤਰ ਸਦਨ ਦਾ ਮਜ਼ਾਕ ਬਣਾਇਆ, ਉੱਥੇ ਪੰਜਾਬ ਦੇ ਲੋਕਾਂ ਦਾ ਮਜ਼ਾਕ ਬਣਾਇਆ। ਮਤਲਬ ਸਰਕਾਰ ਭੱਜੀ ਆ ਪੰਜਾਬ ਦੇ ਉਹਨਾਂ ਹਰ ਮਸਲੇ ਤੋਂ ਗੱਲ ਕਰਨ ਦੇ ਲਈ। ਹੁਣ ਤੱਕ ਸਰਕਾਰ ਕਹਿ ਰਹੀ ਹੈ ਕਿ ਵੀ ਸਾਡੇ ਕੋਲ ਬਜਟ ਨਹੀਂ ਗਾ ਜੀ, ਖਜ਼ਾਨਾ ਖਾਲੀ ਆ। ਹੁਣ ਫਿਰ ਵੱਡੀਆਂ ਵੱਡੀਆਂ ਇਹਨਾਂ ਨੇ ਐਲਾਨ ਕਰਤੇ ਹੈਗੇ, ਕਹਿੰਦੇ ਖਜ਼ਾਨਾ ਭਰਿਆਗਾ, ਪਰ ਪੰਜਾਬ ਸਰਕਾਰ ਜਿਹੜਾ ਕਰਜ਼ਾ ਸੀਗਾ ਉਹ ਦਿਨ ਦਿਨ ਹੋਰ ਵਾਧਾ ਤੁਰਿਆ ਜਾ ਰਿਹਾ। ਦੇਖੋ ਸਰਕਾਰ, ਮੈਂ ਪਹਿਲੇ ਗੱਲ ਕੀਤੀ ਕਿ ਸਰਕਾਰ ਜਿਹੜੀ ਆ ਨਵੇਂ ਅਨਾਊਂਸਮੈਂਟਸ ਕਰ ਰਹੀ ਆ, ਨਵੇਂ ਐਲਾਨ ਕਰ ਰਹੀ ਆ, ਜਿਹਦੇ 'ਚ ਉਹਨਾਂ ਦੀ ਪਲੈਨਿੰਗ ਕੋਈ ਨਹੀਂ, ਜਿਹਦੇ 'ਚ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਬਜਟ ਕਿੱਥੋਂ ਲੈ ਕੇ ਆਉਣਾ ਹੈ। ਸੋ ਜਿੱਥੇ ਮੈਂ ਕਹਿੰਦੀ ਹਾਂ ਕਿ ਜੇ 4.5 ਸਾਲ ਸਰਕਾਰ ਨੇ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਇਸ ਚੀਜ਼ ਦੀ ਲੋੜ ਨਹੀਂ ਪੈਣੀ ਸੀਗੀ ਕਿ ਕੈਪਟਨ ਅਮਰਿੰਦਰ ਨੂੰ ਉਤਾਰ ਦਿਓ ਅਤੇ CM ਚੰਨੀ ਬਣਾ ਦਿਓ, ਕਿ ਜਿਹੜੇ ਉਹ CM ਬਣਾ ਦਿਓ ਜਿਹੜੇ ਹਰ ਪੁਆਇੰਟ 'ਤੇ ਕੋਈ ਗੱਲ ਕਹਿ ਦਿੰਦੇ ਆ ਕਿ ਮੈਂ ਆਮ ਆਦਮੀ ਆ। ਸ਼ਾਇਦ ਆਮ ਆਦਮੀ ਪਾਰਟੀ ਤੋਂ ਇੰਨਾ ਕੁ ਡਰ ਲੱਗਣ ਲੱਗ ਗਿਆ ਕਿ ਉਹਨਾਂ ਦੀ ਹਰ ਸਟੇਟਮੈਂਟ ਜਿਹੜੀ ਆ ਉਹ ਇੱਕੋ ਗੱਲ 'ਤੇ ਆ ਕੇ ਖੜ੍ਹ ਜਾਂਦੀ ਹੈ, ਮੈਂ ਆਮ ਆਦਮੀ ਹਾਂ। ਆਮ ਆਦਮੀ ਕਹਿਣਾ ਬਹੁਤ ਸੌਖਾ। 49 ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ 32 ਅਫਸਰਾਂ ਨੂੰ ਸਸਪੈਂਡ ਕੀਤਾ ਸੀਗਾ। ਸੋ ਰੀਅਲ ਆਮ ਆਦਮੀ ਉਹ ਆਮ ਆਦਮੀ ਆ ਜਿਹੜਾ ਪੰਜਾਬ ਨੂੰ ਇਸ ਗੱਲ ਦਾ ਇਨਸਾਫ ਦਵਾ ਰਿਹਾ, ਦਵਾਊਗਾ ਕਿ ਜਿਹੜੇ ਮਤਲਬ ਬਹੁਤ ਸਾਰੀਆਂ ਕੁੱਖਾਂ ਮਾਵਾਂ ਦੀਆਂ ਰੋਂਦੀਆਂ ਨੇ, ਜਿਹੜੇ ਨੌਜਵਾਨ ਪੁੱਤ ਜਿਹੜੇ ਆ ਨਸ਼ੇ ਨੇ ਖਤਮ ਕਰ ਦਿੱਤੇ, ਔਰ ਪੰਜਾਬ ਉਸ ਗੱਲ ਦੀ ਵੇਟ ਕਰ ਰਿਹਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਾਈ ਆ ਔਰ ਉਹਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ। ਪੰਜਾਬ ਉਹਦੀ ਵੇਟ ਕਰ ਰਿਹਾ, ਸਾਡੇ ਕਿਸਾਨ ਬਾਰਡਰਾਂ 'ਤੇ ਬੈਠੇ ਵੇਟ ਕਰ ਰਹੇ ਆ ਕਿ ਜਿਨ੍ਹਾਂ ਨੇ ਅੱਜ ਉਹਨੂੰ ਇੰਨਾ ਕੁ ਮਜਬੂਰ ਕਰ ਦਿੱਤਾ ਅਕਾਲੀ ਦਲ ਨੇ, ਕਾਂਗਰਸ ਨੇ, ਕੇਂਦਰ ਸਰਕਾਰ ਨੇ, ਕਿ ਉਹ ਘਰ ਬਾਰ ਛੱਡ ਕੇ ਆਪਣੇ ਬੱਚਿਆਂ ਨੂੰ ਲਾ ਕੇ ਆਪਣੇ ਹਰ ਜਿਹੜੇ ਤਿਉਹਾਰ ਆ ਉਹ ਸੜਕਾਂ 'ਤੇ ਬੈਠੇ ਮਨਾ ਰਹੇ ਆ। ਸੋ ਕਹਿਣ ਨਾਲ ਕੋਈ ਆਮ ਆਦਮੀ ਨਹੀਂ ਬਣਦਾ। ਆਮ ਆਦਮੀ ਬਣਨਾ 49 ਦਿਨਾਂ 'ਚ 32 ਅਫਸਰਾਂ ਨੂੰ ਸਸਪੈਂਡ ਕਰਨਾ ਇੱਕੋ ਹੀ ਬੰਦਾ ਕਰ ਸਕਦਾ, ਅਰਵਿੰਦ ਕੇਜਰੀਵਾਲ। ਜੇ ਦੇਖਿਆ ਜਾਵੇ ਕਿ ਪਹਿਲਾਂ ਜਦੋਂ 2017 ਵਿੱਚ ਆਮ ਆਦਮੀ ਪਾਰਟੀ ਦੇ ਸੀਗਾ ਵੀ ਸਰਕਾਰ ਆਊਗੀ, 100 ਉਮੀਦਵਾਰਾਂ ਦੇ ਜਿੱਤਣ ਦਾ ਵੀ ਐਲਾਨ ਕੀਤਾ ਸੀਗਾ ਵੀ 100 ਜਿੱਤ ਜਾਣਗੇ ਸਰਪੰਚ ਹੋਇਆ ਸੀ, ਪਰ ਚਲੋ ਉਹ ਵਿਰੋਧੀ ਧਿਰ 'ਚ ਆਈ, ਪਰ ਉਹਦੇ 'ਚੋਂ ਵੀ ਅੱਧੇ MLA ਜਿਹੜੇ ਉਹ ਛੱਡ ਕੇ ਹੋਰ ਪਾਰਟੀਆਂ ਵਿੱਚ ਚਲੇ ਗਏ। ਇੱਕ ਇੱਥੇ ਜੀ ਕਮੀ ਆਈ, ਕਿਉਂ, ਕੀ ਕਾਰਨ ਹੋਇਆ, ਉਹਨਾਂ ਨੂੰ ਕੀ ਮਹਿਸੂਸ ਹੋਇਆ? ਦੇਖੋ ਉਥਲ ਪੁਥਲ ਹਮੇਸ਼ਾ ਹੀ ਪਾਰਟੀਆਂ 'ਚ ਹੁੰਦੀ ਆ, ਇਕੱਲੀ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਆ, ਬੜੀਆਂ ਪੁਰਾਣੀਆਂ ਪਾਰਟੀਆਂ ਨੇ, ਅਕਾਲੀ ਦਲ ਹੋ ਗਿਆ, ਕਾਂਗਰਸ ਹੋ ਗਿਆ, ਹਜੇ ਉਹਨਾਂ ਨੂੰ ਨਹੀਂ ਸਮਝ ਆ ਰਿਹਾ ਕਿ ਉਹਨਾਂ ਦੀ ਜਿਹੜੀ ਨੈਕਸਟ ਸਟ੍ਰੈਟਜੀ ਕੀ ਹੋਣੀ ਆ, ਕੌਣ ਉਹਨਾਂ ਦੇ CM ਹੋਣੇ ਆ, ਕੌਣ ਉਹਨਾਂ ਦੇ ਪਾਰਟੀ ਪ੍ਰਧਾਨ ਰਹਿਣਗੇ, ਜਾਂ ਫਿਰ ਕਿਹਨੂੰ ਉਹ ਫੇਸ ਬਣਾ ਕੇ ਇਲੈਕਸ਼ਨ ਲੜਨਗੇ। ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਕਿਹੜੇ ਸਾਥੀ ਰਹਿਣੇ ਆ, ਕਿਹੜੇ ਜਾਣੇ ਆ, ਔਲਰੇਡੀ ਬੜਾ ਕੁਛ ਉਹਨਾਂ ਦੇ ਵਿੱਚ ਉਥਲ ਪੁਥਲ ਆ। ਸੋ ਆਮ ਆਦਮੀ ਪਾਰਟੀ ਤਾਂ ਮੈਂ ਸਮਝਦੀ ਕਿ ਨਵੀਂ ਪਾਰਟੀ ਆ, ਠੀਕ ਆ, ਇਹ ਮਤਲਬ ਕੁਛ ਸਾਥੀ ਜਿਹੜੇ ਆ ਚਲੇ ਗਏ, ਪਰ ਇਹ ਨਹੀਂ ਆ, ਬਹੁਤ ਸਾਰੇ ਸਾਥੀ ਨਵੇਂ ਵੀ ਜਿਹੜੇ ਆਏ ਆ ਪਾਰਟੀ ਨੂੰ ਦੇਖਦੇ ਹੋਏ, ਪਾਰਟੀ ਦੀ ਰਣਨੀਤੀ ਨੂੰ ਦੇਖਦੇ ਹੋਏ, ਹੈ ਨਾ। ਸੋ ਜਿਹੜੇ ਚਲੇ ਗਏ ਆ, ਦੇਖੋ ਇਹਦਾ ਆਨਸਰ ਬੈਟਰ ਉਹ ਤੁਹਾਨੂੰ ਦੇ ਸਕਦੇ ਆ ਵੀ ਉਹ ਕਿਉਂ ਛੱਡ ਕੇ ਗਏ।
ਪਰ ਜੇ ਦੇਖੀਏ ਤਾਂ ਜੀ ਜਿਵੇਂ ਤੁਸੀਂ ਲਾ ਲਓ ਵੀ ਜਾਂ ਹੋਰ ਸੀਗੇ ਆਪਣੇ ਇਹਨਾਂ ਨੇ ਮਤਲਬ ਕਿ ਆਮ ਵਿਅਕਤੀ ਤੋਂ ਚੱਕ ਕੇ ਤੁਹਾਡਾ ਚਿਹਰਾ ਬਣਾਇਆ ਸੀਗਾ ਜੀ ਅਤੇ ਪਰ ਇਹਨਾਂ ਨੂੰ ਕੀ ਮਹਿਸੂਸ ਹੋਇਆ ਵੀ ਇਹਨਾਂ ਨੇ ਐਡੀ ਵੀ ਇਸ ਨੂੰ ਛੱਡ ਕੇ ਅਤੇ ਦੂਸਰੀਆਂ ਪਾਰਟੀਆਂ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਦੇਖੋ ਇਹ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਦੇਖੋ ਜੇ ਹਰ ਬੰਦੇ ਦੇ ਆਪਣੇ ਪਰਸਨਲ ਇੰਟਰਸਟ ਨੇ ਕੋਈ ਪੰਜਾਬ ਨੂੰ ਸਮਰਪਿਤ ਹੋ ਕੇ ਆਉਂਦਾ ਲੋਕਾਂ ਨੂੰ ਸਮਰਪਿਤ ਹੋ ਕੇ ਆਉਂਦਾ ਆ ਹੈ ਨਾ ਅਤੇ ਜੇ ਕੋਈ ਜਾਂਦਾ ਆ ਉਹ ਕਿਉਂ ਜਾਂਦਾ ਆ ਤਾਂ ਉਹ ਆਪਣਾ ਆਨਸਰ ਆਪ ਦੇ ਸਕਦਾ ਹੈ ਬਿਲਕੁਲ ਇਹ ਸਨ ਪ੍ਰੋਫੈਸਰ ਬਲਜਿੰਦਰ ਕੌਰ ਜਿਨ੍ਹਾਂ ਦਾ ਕਹਿਣਾ ਗਾ ਕਿ ਜਿਹੜੇ ਇਹ ਕਾਪੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਹ ਅਰਵਿੰਦ ਕੇਜਰੀਵਾਲ ਦੀ ਹੈ ਇਸ ਨੂੰ 5 ਸਾਲ ਪਹਿਲਾਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਸੀ ਤਾਂ ਜੋ ਪੰਜਾਬ ਦਾ ਇਹ ਹਾਲਾਤ ਨਾ ਹੁੰਦੇ ਬਠਿੰਡਾ ਤੋਂ ਅਜੀਤ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ ਰਿਪੋਰਟ।